ਦੋਸਤੋ ਪੰਜਾਬ ਚੌਂਕੀਦਾਰ ਭਰਤੀ 2023 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਨੀਚੇ ਤੁਹਾਨੂੰ ਬਲੈਕ ਕਲਰ ਦਾ ਸਬਸਕ੍ਰਾਈਬਰ ਬਟਨ ਦਿਖ ਰਿਹਾ ਹੋਵੇਗਾ ਉਹਨੂੰ ਦਬਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਨਾਲ ਹੀ ਤੁਹਾਨੂੰ ਬੈਲ ਆਈਕਨ ਦਿਖ ਰਹੀ ਹੋਵੇਗੀ ਉਹਨੂੰ ਦਬਕੇ ਤੁਸੀਂ ਆਲ ਨੋਟੀਫਿਕੇਸ਼ਨ ਓਨ ਕਰ ਲੈਣਾ ਜੀ ਦੋਸਤੋ ਪੰਜਾਬ ਸਟੇਟ ਵਿੱਚ ਜ ਹੁਣ ਸ਼ੁਰੂ ਕਰਦੇ ਆਂ ਦੋਸਤੋ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਜੀ ਪੋਸਟਾਂ ਨੇ ਜੀ ਚੌਂਕੀਦਾਰ ਕਲਰਕ ਲੈਬ ਸਹਾਇਕ ਅਤੇ ਹੋਰ ਵੀ ਪੋਸਟਾਂਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਯੋਗਤਾ ਜੀ 5ਵੀਂ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ ਉਮਰ ਹੱਦ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਸਭ ਤੋਂ ਵਧੀਆ ਮੌਕਾ ਆ ਚੁੱਕਾ ਜੀ ਪੰਜਾਬ ਦੇ ਉਮੀਦਵਾਰਾਂ ਲਈ ਹੁਣੇ ਹੁਣੇ ਜਾਰੀ ਕੀਤੇ ਗਏ ਨੇ ਜੀ ਦੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਚਲੋ ਦੋਸਤ ਦੋਸਤੋ ਨੋਟੀਫਿਕੇਸ਼ਨ ਨੰਬਰ 1 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਨਿਕ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਬਠਿੰਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਵੀਡੀਓ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਤੁਸੀਂ ਮੇਰਾ ਫੇਸਬੁੱਕ ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰ ਦਾਂ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਪੋਸਟਾਂ 11 ਮਹੀਨੇ ਦੇ ਕੰਟਰੈਕਟ بیس ਤੇ ਅਨਾਉਂਸਮੈਂਟ ਕੀਤੀਆਂ ਨੇ ਜੀ ਪੋਸਟਾਂ ਇੱਕ ਪੋਸਟ ਹੈ ਜੀ ਲੈਬ ਸਹਾਇਕ ਦੀ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਕੀ ਮੈਂ ਜੀ ਤੁਸੀਂ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਅਤੇ ਸੈਲਫ ਅਟੈਸਟਡ ਕਾਪੀਜ਼ ਨਾਲ ਲਗਾ ਕੇ 16 ਮਈ 2023 ਦੁਪਹਿਰ 2 ਵਜੇ ਤੱਕ ਜਾ ਕੇ ਤੁਸੀਂ ਜਮ੍ਹਾਂ ਕਰਾਣੇ ਹੋਣਗੇ ਜੀ ਐਡਰੈਸ ਨੋਟ ਕਰ ਲਓ ਜੀ ਜ਼ਿਲ੍ਹਾ ਰੱਖਿਆ ਸੇਵਾਮੁਖ ਭਲਾਈ ਦਫ਼ਤਰ ਬਿਠਿੰਡਾ ਵਿਖੇ ਜਾ ਕੇ ਤੁਸੀਂ ਜਮ੍ਹਾਂ ਕਰਾਣੇ ਨੇ ਜੀ ਅਸਿਸਟੈਂਟ ਪ੍ਰੋਫੈਸਰ ਅਤੇ ਲੈਬ ਸਹਾਇਕ ਦੀ ਅਸਾਮੀ ਲਈ ਘੱਟੋ ਘੱਟ 3 ਸਾਲ ਵਾਲੇ ਉਮੀਦਵਾਰ ਨੂੰ ਪਹਿਲਤੀ ਜਾਵੇਗੀ ਪੀਟੀਏ ਕਲਰਕ ਦੀ ਅਸਾਮੀ ਲਈ 2 ਸਾਲ ਵਾਲੇ ਉਮੀਦਵਾਰ ਨੂੰ ਪਹਿਲਤੀ ਜਾਵੇਗੀ ਦੋਸਤੋ ਇਹਨਾ ਪੋਸਟਾਂ ਲਈ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਕੁਆਲੀਫਿਕੇਸ਼ਨ ਹੈ ਜੀ ਐਮਸੀਏ ਐਮਐਸਸੀ ਆਈਟੀ ਐਮਟੈਕ ਤੁਸੀਂ ਕੰਪਲੀਟ ਕੀਤੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਲੈਬ ਅਸਿਸਟੈਂਟ ਦੀ ਪੋਸਟ ਲਈ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੀਜੀ ਡੀਸੀਏ ਐਮਐਸਸੀ ਆਈਟੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੀਟੀਏ ਕਲਰਕ ਦੀ ਪੋਸਟ ਲਈ ਕੁਆਲੀਫੀਕੇਸ਼ਨ ਹੈ ਜੀ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਐਨੀਸਟ੍ਰੀਮ ਵਿੱਚ ਕੰਪਿਊਟਰ ਆਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਜੀ ਰਵੀ ਫੌਂਟ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਟੈਸਟ ਇੰਟਰਵਿਊ ਸੰਬੰਧੀ ਆਪ ਜੀ ਨੂੰ ਦਫਤਰ ਦੁਬਾਰਾ ਟੈਲੀਫੋਨ ਰਾਹੀਂ ਸੂਚਿਤ ਕੀਤਾ ਜਾਵੇਗਾ ਇੰਟਰਵਿਊ ਸਮੇਂ ਉਮੀਦਵਾਰ ਆਪਣੇ ओरिजिनल ਡਾਕੂਮੈਂਟਸ ਲੈ ਕੇ ਹਾਜ਼ਰ ਜ਼ਰੂਰ ਹੋਣ ਜੀ ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਨੰਬਰ ਹੈ ਜੀ 0164 ਬਾਈ 12 612 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਅਪਾ ਚਲਦੇ ਆ ਨੋਟੀਫਿਕੇਸ਼ਨ ਨੰਬਰ 2 ਦਿਓ ਦੋਸਤੋ ਨੋਟੀਫਿਕੇਸ਼ਨ ਨੰਬਰ 2 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗਾਲिब ਕਲਾ ਬਹੁ ਮਹੱਤਵੀ ਖੇਤੀਬਾੜੀ ਸਹਿਕਾਰੀ ਸਵਾਲ ਲਿਮਟਿਡ ਗਾਲिब ਕਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗਾਲिब ਕਲਾ ਵਿੱਚ ਡੀਸੀ ਰੇਟ ਦੇ ਆਧਾਰ ਤੇ ਸੇਵਾਦਾਰ ਕਮ ਚੌਂਕੀਦਾਰ ਦੀ ਇੱਕ ਸਾਮੀ ਨੂੰ ਭਰਿਆ ਜਾਣਾ ਜੀ ਜੋ ਯੋਗ ਉਮੀਦਵਾਰ ਨੇ ਜੀ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਲਿਖ ਕੇ ਅਤੇ ਸਬੰਧਿਤ ਡਾਕੂਮੈਂਟਸ ਲਗਾ ਕੇ ਜਾਤਾ ਖੁਦ ਜਾ ਕੇ ਜਮ੍ਹਾਂ ਕਰਾ ਸਕਦੇ ਨੇ ਜੀ ਜਾਂ ਫਿਰ ਡਾਕ ਦੁਆਰਾ ਆਪਣੀ ਅਰਜੀ ਭੇਜ ਸਕਦੇ ਨੇ ਜੀ ਲਾਸਟ ਡੇਟ ਰੱਖੀ ਗਈ ਹੈ ਜੀ 16 ਮਈ 2023 ਤੱਕ ਦੁਪਹਿਰ 2 ਵਜੇ ਤੱਕ ਤੁਹਾਡੀਆਂ ਅਰਜ਼ੀਆਂ ਉਹਨਾਂ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਨੇ ਜੀ ਇਸ ਤੋਂ ਬਾਅਦ ਜੋ ਅਰਜ਼ੀਆਂ ਪ੍ਰਾਪਤ ਹੋਣਗੀਆਂ ਜੀ ਉਹਨਾਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਯੋਗਤਾ ਜੀ 5ਵੀਂ ਤੁਸੀਂ ਪਾਸ ਕੀਤੀ ਹੈ ਜਾਂ 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਮਰ ਸੀਮਾ ਰੱਖੀ ਗਈ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜ ਜੇਕਰ ਐਕਸਰਵਿਸਮੈਨ ਅਪਲਾਈ ਕਰਨਗੇ ਜੀ ਤਾਂ ਉਹਨਾਂ ਨੂੰ ਪਹਿਲਤੀ ਜਾਵੇਗੀ ਸਿਲੈਕਸ਼ਨ ਕਮੇਟੀ ਬਿਨਾਂ ਕਾਰਨ ਦੱਸੇ ਇਸ ਭਰਤੀ ਨੂੰ ਮੁਲਤਵੀ ਕਰਨ ਦਾ ਅਧਿਕਾਰ ਰੱਖਦੀ ਹੈ ਜੀ ਉਮੀਦਵਾਰ ਮਿਤੀ 19 ਮਈ 2023 ਨੂੰ ਸਵੇਰੇ 11 ਵਜੇ ਤੁਹਾਡਾ ਇੰਟਰਵਿਊ ਹੋਵੇਗਾ ਜੀ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਸਬਾ ਦੇ ਦਫਤਰ ਵਿਖੇ ਮੌਜ ਸਕਦੇ ਹੋ ਜੀ ਐਡਰੈਸ ਨੋਟ ਕਰ ਲਓ ਜੀ ਪ੍ਰਧਾਨ ਦੀ ਗਾਲਿਬ ਕalam ਬਹੁਤ ਮਹੱਤਵੀ ਸਹਿਕਾਰੀ ਖੇਤੀਬਾੜੀ ਸਵਾਲ ਲਿਮਟਿਡ ਗਾਲਿਬ ਕਲਾ ਤੇ ਐਡਰੈਸ ਤੇ ਤੁਸੀਂ ਪਹੁੰਚ ਜਾਣਾ ਜੀ ਦੋਸਤੋ ਹੋਰ ਬਿਹਤਰੀ ਜਾਣਕਾਰੀ ਲਈ ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਬੜੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ